ਨੀਚੇ ਕਰਿਓ ਜੀ ਬਾਂਹ। ਹਾਂਜੀ ਹੁਣ ਦੇਖੋ ਕਿੰਨਾ ਕੁ ਪੇਨ ਹੁੰਦਾ ਮੋਢੇ 'ਚ। ਬੈਟਰ ਹਲਕਾ ਹੋ ਗਿਆ। ਹਲਕਾ ਹੋ ਗਿਆ। ਹਾਂਜੀ ਬਾਂਹ ਚੱਕ ਕੇ ਦੇਖੋ ਆਪਾਂ ਦੋਵੇਂ। ਹਾਂ ਗਲਤ ਨੂੰ ਦੇਖੋ ਸਾਈਡਾਂ ਦੇ ਕਰਕੇ, ਇੱਦਾਂ ਨਹੀਂ ਜੀ, ਇੱਦਾਂ ਇਹ ਇੱਦਾਂ ਦੂਜੀ ਸਾਈਡ ਦੇਖੋ, ਘੁਮਾ ਕੇ ਦੇਖੋ ਫਰਕ ਆ, ਇਹ ਇੱਦਾਂ ਦੇਖੋ ਦੂਸਰੀ ਸਾਈਡ ਠੀਕ ਆ। ਠੀਕ ਹੈ ਹਾਂਜੀ, ਹਲਕਾ ਹੋ ਗਿਆ। ਹਲਕਾ ਹੋ ਗਿਆ ਹਾਂਜੀ। ਕੀ ਕਹਿੰਦੇ ਸੀ ਡਾਕਟਰ? ਡਾਕਟਰ ਕਹਿੰਦੇ ਮਣਕੇ ਹਿੱਲੇ ਹੋਏ ਆ, ਮੈਡੀਸਿਨ ਦੇ ਜਾ ਰਹੇ ਸੀ, ਕਦੀ ਕਹਿ ਰਹੇ ਸੀ ਨੀਚੇ ਲੇਟ ਸੋਣਾ ਆ, ਬੈੱਡ 'ਤੇ ਨਹੀਂ ਪੈਣਾ, ਓਕੇ ਇੱਦਾਂ ਮੈਡੀਸਿਨ ਵਗੈਰਾ ਹੀ ਲਈ ਜਾਓ ਬਸ। ਡਾਕਟਰਾਂ ਦੀਆਂ ਦਵਾਈਆਂ ਖਾਣ ਨਾਲੋਂ ਬੈਟਰ ਆ ਕਿ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ। ਹੁਣ ਬਹੁਤ ਮੈਂ ਬਹੁਤ ਖੁਸ਼ ਹਾਂ, ਮੈਂ ਆਪਣੇ ਬੇਟੇ ਨੂੰ ਟੁਰਦੇ ਫਿਰਦੇ ਨੂੰ ਦੇਖਣੀ ਆ। ਉਦੋਂ ਮੇਰਾ ਇੰਨਾ ਮਨ ਦੁਖੀ ਸੀ ਨਾ ਵੀ ਮੇਰਾ ਬੇਟਾ ਕਿਦਾਂ ਟੁਰੇਦਾ, ਤੇ ਹੁਣ ਨਾ ਇੱਥੇ ਅਸੀਂ ਆਏ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਬੇਟਾ ਹੁਣ ਨਾ ਸਾਰਾ ਫਿਰਦਾ ਹੈ, ਸ਼ਹਿਰ ਵੀ ਜਾਣ ਲੱਗ ਗਿਆ, ਸਾਰਾ ਤੁਰਿਆ ਫਿਰਦਾ ਹੈ। ਬਹੁਤ ਖੁਸ਼ ਹਾਂ ਅਸੀਂ ਤਾਂ ਤੁਹਾਡੇ ਤੇ, ਬਹੁਤ ਹੀ ਖੁਸ਼ ਹਾਂ, ਧੰਨਵਾਦ ਕਰਨੇ ਆ ਤੁਹਾਡਾ, ਮੈਂ ਤਾਂ ਬਹੁਤ ਹੀ ਖੁਸ਼ ਹਾਂ। L5 L4 ਦੀ ਦਿੱਕਤ ਆਈ ਸੀ, L4 L5 ਜਿੱਦਾਂ ਤੇਰੇ ਸਮੱਸਿਆ ਨਹੀਂ ਹੈਗੀ ਸੀ। ਹਾਂਜੀ ਡਾਕਟਰ, SI ਤੇਰੇ ਆਹ ਜੋੜ 'ਚ SI ਜੁਆਇੰਟ 'ਚ ਪ੍ਰੋਬਲਮ ਸੀ, ਇਹ ਆਹ ਹੱਡੀ 'ਚ ਇੱਥੇ ਦਿੱਕਤ ਸੀ, ਇੱਥੇ ਸੀ ਨਾ। ਹਾਂਜੀ ਡਾਕਟਰ ਇੱਥੋਂ ਦਿਖਾ ਰਿਹਾ ਸੀ ਤੇਰੇ। ਹਾਂਜੀ ਹਾਂਜੀ ਵੀ ਤੇਰੇ L4 L5 'ਚ। ਹਾਂਜੀ ਹਾਂਜੀ ਇੱਥੇ ਵੀ ਦਿੱਕਤ ਨਹੀਂ ਸੀ ਤੇਰੇ। ਹਾਂਜੀ ਕਿੰਨਾ ਚਿਰ ਹੋ ਗਿਆ ਸੀ, ਕੀ ਸਮੱਸਿਆ ਸੀ ਤੇਰੇ? ਭਾਅ ਜੀ ਮੈਨੂੰ ਘੱਟੋ ਘੱਟ 3 ਮਹੀਨਿਆਂ ਤੋਂ ਇਹ ਪ੍ਰੋਬਲਮ ਸੀ ਜੀ, ਮੇਰੇ ਇੱਥੋਂ ਸਾਰੀ ਲੱਤ 'ਚ ਦਰਦ ਜਾਂਦੀ ਸੀ ਜੀ, ਬੈਠ ਕੇ ਮੈਂ ਨਾ ਬੈਠਣ ਜੋਗਾ ਸੀ ਅਤੇ ਨਾ ਖੜ ਸਕਦਾ ਸੀ ਜੀ ਮੈਂ, ਅਤੇ ਮੈਂ ਤਾਂ ਲੇਟ ਕੇ ਹੀ ਖਾਣਾ ਖਾਂਦਾ ਸੀ ਜੀ, ਸਾਰਾ ਕੁਛ ਮੇਰੇ ਬਹੁਤ ਜ਼ਿਆਦਾ ਦਿੱਕਤ ਸੀ, ਮੈਂ ਤਾਂ ਬਿਲਕੁਲ ਬੈੱਡ ਬਣ ਗਿਆ ਸੀ ਜੀ, ਬਾਥਰੂਮ ਤੱਕ ਵੀ ਨਹੀਂ ਜਾਇਆ ਜਾਂਦਾ ਸੀ। ਅੱਛਾ ਐਕਚੁਅਲੀ ਮੇਰਾ 2009 'ਚ ਨਾ ਓਪਰੇਸ਼ਨ ਹੋਇਆ ਹੈ ਜੀ, ਇਸੇ ਚੀਜ਼ ਦਾ, ਦਿੱਲੀ ਹੋਇਆ ਸੀ ਜੀ। ਓਕੇ ਅਤੇ ਪਹਿਲਾਂ ਤਾਂ 2 ਮਹੀਨੇ ਮੈਂ ਇੱਧਰ ਡਾਕਟਰ ਅੰਬਾਲੇ ਕੁਰਕਸ਼ੇਤਰ ਸਾਰੇ ਡਾਕਟਰਾਂ ਨੂੰ ਦਿਖਾਇਆ। ਅੱਛਾ ਅਤੇ ਮੈਨੂੰ ਕੋਈ ਬਿਲਕੁਲ ਕੋਈ ਆਰਾਮ ਨਹੀਂ ਆਇਆ, ਮੈਂ ਫਿਜ਼ੀਓਥੈਰੇਪੀ ਵੀ ਕਰਵਾਈ ਜੀ। ਠੀਕ ਹੈ। ਅਤੇ ਬਿਲਕੁਲ ਮੈਂ ਤਾਂ 0 ਹੋ ਗਿਆ ਸੀ ਜੀ, ਬਿਲਕੁਲ ਮੈਂ ਉਦੋਂ ਕਿਹਾ, ਮੈਂ ਤਾਂ ਵਿਸ਼ਵਾਸ ਟੁੱਟ ਗਿਆ ਵੀ ਮੈਨੂੰ ਤਾਂ ਇਹ ਗਿਆ ਸੀ ਵੀ ਤੂੰ ਬੈੱਡ ਹੀ ਬਣੇ ਰਹੇਗਾ ਸਾਰੀ ਉਮਰ ਜੀ। ਤੁਸੀਂ ਤਾਂ ਸਭ ਡਾਕਟਰਾਂ ਨੂੰ ਫੇਲ ਕਰ ਦਿੱਤਾ ਜੀ, ਮੇਰੇ ਵਾਸਤੇ ਤਾਂ ਤੁਸੀਂ ਬਹੁਤ ਹੀ ਕਹਿਣਾ ਰੱਬ ਦਾ ਰੂਪ ਜੇ ਜੀ, ਮੈਂ ਜੇ ਕਹਿ ਸਕਾਂ ਜੋ। ਹੁਣ ਕਿੰਨਾ ਕੁ ਤੁਹਾਨੂੰ ਕਿਵੇਂ ਤੇਰਾ ਪਹਿਲਾਂ ਸਟਾਰਟਿੰਗ 'ਚ ਪਤਾ ਲੱਗਿਆ ਗੱਡੀ 'ਚ ਪਾ ਕੇ ਲੈ ਗਏ? ਮੈਂ ਤਾਂ ਗੱਡੀ 'ਚ ਪੈ ਕੇ ਆਇਆ ਜਿੱਦਣ ਤੁਹਾਡੇ ਕੋਲ ਆਇਆ ਜੀ ਹੁਣ, ਅਤੇ ਪਹਿਲੇ ਦਿਨ ਹੀ ਮੈਂ ਇੱਥੋਂ ਤੁਸੀਂ ਮੈਨੂੰ ਕੀਤਾ ਸੈੱਟ ਅਤੇ ਮੈਂ ਚੱਲਣ ਜੋਗਾ ਹੋ ਗਿਆ ਜੀ। ਅਤੇ ਅੱਜ ਜੋ ਹੈਗਾ ਤੇ ਮੈਂ ਸਾਰੇ ਕੰਮ ਵੀ ਕਰਨ ਲੱਗ ਗਿਆ ਜੀ, ਗੱਡੀ ਵੀ ਚਲਾਉਣ ਲੱਗ ਗਿਆ ਜੀ, ਅਤੇ ਮੈਂ ਤਾਂ ਬਹੁਤ ਯਾਨੀ ਕਿ ਬਚ ਗਿਆ। ਇਲਾਜ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਲਾਜ ਤਾਂ ਤੁਹਾਡਾ ਬਹੁਤ ਵਧੀਆ ਜੀ, ਨਾ ਤਾਂ ਕੋਈ ਦਵਾਈ ਹੈ ਜੀ ਦੇਖੋ, ਓਕੇ ਨਾ ਕੋਈ ਜ਼ਿਆਦਾ ਤੋੜ ਮਰੋੜ ਕਰਦੇ ਜੇ, ਨਾ ਅੰਗਰੇਜ਼ੀ ਦਵਾਈ ਨਾ ਕੁਛ ਨਹੀਂ, ਅਤੇ ਹਲਕੀ ਜਿਹੀ ਐਡਜਸਟਮੈਂਟ ਹੈ ਉਹਦੇ ਨਾਲ ਹੀ ਤੁਸੀਂ ਬੰਦੇ ਮਰੀਜ਼ ਨੂੰ ਚੱਲਦਾ ਕਰ ਦਿੰਦੇ ਜੀ। ਮੇਰੇ ਨਾਲ ਅੱਜ 11 ਜਣੇ ਆਏ ਹੋਏ ਨੇ ਜੀ, ਮੇਰੇ ਰਿਲੇਟਿਵ ਨੇ, ਅਤੇ ਉਹਨਾਂ ਨੂੰ ਹਾਂਜੀ ਸਾਰਿਆਂ ਨੂੰ, ਕਿਸੇ ਨੂੰ ਗੋਡੇ ਦੀ ਦਿੱਕਤ, ਕਿਸੇ ਨੂੰ ਸਰਵਾਈਕਲ ਦੀ। ਹੁਣ ਕਾਫੀ ਫਰਕ ਹੈ, ਠੀਕ ਹੈ, ਅੱਗੇ ਨਾਲ ਠੀਕ ਹੋ। ਕਿੰਨੇ ਵਾਰੀ ਆਏ ਤੁਸੀਂ? ਤੀਸਰੀ ਵਾਰ ਆਏ ਹਾਂ। ਹੁਣ ਚੱਲਣ 'ਚ ਕਿੰਨੀ ਪ੍ਰੋਬਲਮ ਆ ਰਹੀ ਹੈ? ਕੋਈ ਖਾਸ ਨਹੀਂ ਹੈਗੀ ਪ੍ਰੋਬਲਮ, ਹੁਣ ਤਾਂ ਕਾਫੀ ਫਰਕ ਪੈ ਗਿਆ, ਠੀਕ ਹੋ। ਪਹਿਲਾਂ ਚੱਲਣ 'ਚ ਦਿੱਕਤ ਆ ਰਹੀ ਨਾ ਬਹੁਤ ਜ਼ਿਆਦਾ? ਹਾਂਜੀ ਬਹੁਤ ਜ਼ਿਆਦਾ ਦਿੱਕਤ। ਕਿੰਨੇ ਸਾਲ ਤੋਂ ਸੀਗੀ ਇਹ? 2-3 ਸਾਲ ਹੋ ਗਏ ਸੀ। ਅੱਛਾ ਕੀ ਕਹਿੰਦੇ ਸੀ ਡਾਕਟਰ? ਡਾਕਟਰ ਆਪਰੇਸ਼ਨ ਕਹਿੰਦੇ ਆਪਰੇਸ਼ਨ ਹੋਊਗਾ? ਹਾਂਜੀ ਇੱਥੋਂ ਉਹਨਾਂ ਨੇ ਕੱਟ ਦੇਣੀ ਸੀ ਹੱਡੀ। ਹਾਂਜੀ ਇੱਥੇ ਦਿੱਕਤ, ਇੱਥੇ ਆਹ ਦੇਖੋ ਆਹ ਹੱਡੀ 'ਚ ਪ੍ਰੋਬਲਮ ਆ, ਇੱਥੇ ਦਿੱਕਤ ਆ। ਹੁਣ ਚੱਲਣ 'ਚ ਠੀਕ ਲੱਗ ਰਿਹਾ? ਹਾਂਜੀ ਬਿਲਕੁਲ ਠੀਕ ਹੈ ਜੀ। ਕੋਈ ਦਿੱਕਤ ਨਾ? ਨਹੀਂ ਹਾਂ ਤਾਂ ਕੋਈ ਦਿੱਕਤ ਨਹੀਂ, ਦਿੱਕਤ ਹੈਗੀ? ਨਹੀਂ। ਬੈਠੋ ਆ ਜਾਓ, ਸਰੀਰ ਢਿੱਲਾ ਜੀ, ਬਸ ਹੁਣ ਤਾਂ ਕਾਫੀ ਗਈ ਹੱਡੀ ਅੰਦਰ। ਹਾਂਜੀ ਰੜਕਦੀ ਨਹੀਂ ਹੁਣ ਤੱਕ, ਪਹਿਲਾਂ ਕਿੰਨੀ ਖੜੀ ਸੀ ਬਾਹਰ। ਹਾਂਜੀ ਹਾਂਜੀ ਹੁਣ ਤਾਂ ਕਾਫੀ ਫਰਕ ਪਿਆ ਗਿਆ, ਬਸ ਹੋ ਗਿਆ। ਲਓ ਜੀ ਹਾਂ ਬਣ ਗਈ, ਸੁਣੀ ਆਵਾਜ਼? ਹਾਂਜੀ ਆਵਾਜ਼ ਹੈਗੀ, ਆਵਾਜ਼ ਹਾਂਜੀ ਆ, ਇੱਥੇ ਹੀ ਆ ਨਾ? ਹਾਂਜੀ ਵੀਰੇ,
ਇਹ ਮਣਕਿਆਂ 'ਚ ਦਿੱਕਤ ਨਹੀਂ ਹੈਗਾ ਜੀ, ਇਹ ਟੁੱਟਰੀ 'ਚ ਪ੍ਰੋਬਲਮ ਆਈ ਹੈ ਤੁਹਾਡੀ। ਹਾਂ ਅਤੇ ਦਰਦ ਵੀਰੇ ਜਿਵੇਂ ਸਾਈਡ ਸਾਈਡ 'ਚ ਤੁਸੀਂ ਕੀਤੀ ਹੈ ਨਾ, ਤੁਹਾਨੂੰ ਤੁਸੀਂ ਆ ਜੇ ਡਾਕਟਰ ਜੇ ਜਿਨ੍ਹਾਂ ਨੇ ਮੇਰੀ ਦਰਦ ਦੇਖੀ ਹੈ ਐਵੇਂ। ਇਹ ਵੀਰੇ ਮੈਨੂੰ 4 ਸਾਲ ਹੋ ਗਏ ਨੇ। ਅੱਛਾ, ਹਾਂਜੀ। ਬਾਕੀ ਤੁਸੀਂ ਹੱਥ ਉੱਥੇ ਲਾਇਆ ਜਿੱਥੇ ਮੈਨੂੰ ਦਰਦ ਹੈ। ਨਹੀਂ, ਡਾਕਟਰ ਨੂੰ ਪਤਾ ਨਹੀਂ ਨਾ ਲੱਗਦਾ ਸੀ ਜਿੱਥੋਂ ਦਵਾਈ ਖਾਧੀ ਪਟਿਆਲੇ 'ਚੋਂ ਫੁੱਲ ਹੋਸਪਿਟਲ 'ਚੋਂ, ਨਹੀਂ ਫਰਕ ਪਿਆ ਵੀਰੇ। ਆਹ ਦਰਦ ਹੈ ਜਿੱਥੇ ਪੈਰ ਜਾਂਦਾ ਪਿਆ। ਆਓ ਆਹ ਵਾਲੇ ਟੇਲਬੋਨ 'ਚ ਪ੍ਰੋਬਲਮ ਆ ਨਾ, ਟੁੱਟਰੀ 'ਚ ਪ੍ਰੋਬਲਮ ਆਈ ਹੈ ਨਾ ਜੀ ਇਹ। ਕਿਹੜੇ ਪਿੰਡ ਤੋਂ ਆਏ ਜੀ? ਨਲਵੀਰ ਜੀ। ਅੱਛਾ ਜੀ, ਅਤੇ ਤੁਹਾਨੂੰ ਉਰੇ ਦਾ ਬਾਦਲ ਮਿੱਟੂ ਦਾ ਐਡਰੈਸ ਕਿਸਨੇ ਦੱਸਿਆ? ਅਮਨਦੀਪ ਨੇ ਜੀ। ਅੱਛਾ ਜੀ, ਅਤੇ ਕੀ ਤਕਲੀਫ ਸੀ ਤੁਹਾਨੂੰ? ਮੈਨੂੰ ਗੋਡਿਆਂ 'ਚ ਦਰਦ ਹੈ ਜੀ। ਅੱਛਾ, ਕਿਆ ਤੱਕ ਮਤਲਬ ਕੀ ਆ ਹੁੰਦਾ ਸੀ ਤਕਲੀਫ 'ਚ? ਇਹ ਵੀ ਗੋਡੇ ਘੁੰਮਿਆ ਹੋਇਆ। ਅੱਛਾ, ਹਾਂਜੀ ਹਾਂਜੀ। ਕਿੰਨੀ ਦੇਰ ਦੀ ਤਕਲੀਫ ਹੈ ਤੁਹਾਨੂੰ ਇਹ? ਉਹ 2-3 ਸਾਲ ਹੋ ਗਏ ਜੀ। ਬੰਦਾ ਤੁਸੀਂ ਜਾਂਦਾ ਹੀ ਹੈ ਜਿੱਥੇ ਵੀ। ਹੁਣ ਇੱਥੇ ਅਮਨਦੀਪ ਨੇ ਦੱਸਿਆ, ਮੈਂ ਬੈੱਡ 'ਤੇ ਪਿਆ ਸਾਂ ਵੀ ਮੈਨੂੰ ਬੜੀ ਤਕਲੀਫ ਸੀ, ਮੈਂ ਵੀ ਸੈੱਟ ਹੋ ਗਿਆ ਉੱਥੇ, ਤੁਸੀਂ ਵੀ ਚੱਲੋ ਉੱਥੇ, ਵੀ ਨਾ ਕੋਈ ਦਵਾਈ ਨਾ ਕੋਈ ਐਸਰਾ ਕੋਈ MRI ਕੁਛ ਨਹੀਂ ਹੈਗੀ ਉੱਥੇ, ਬਿਨਾਂ ਦਵਾਈ ਦਾ ਇਲਾਜ ਕਰਦੇ ਨੇ। ਅਤੇ ਇਹ ਤੁਸੀਂ ਉਰੇ ਪਹਿਲੀ ਵਾਰ ਆਏ ਹੋ? ਨਹੀਂ, ਇੱਥੇ ਹੋ ਗਈ ਚੌਥੀ ਵਾਰ ਹੋ ਗਈ ਜੀ। ਚੌਥੀ ਵਾਰ, ਹਾਂਜੀ। ਕਿੰਨਾ ਕੁ ਫਰਕ ਹੈ ਬਾਬਾ ਜੀ ਲਾਸਟ ਤੋਂ ਬਾਅਦ? ਅੱਧੇ ਤੋਂ ਜ਼ਿਆਦਾ ਫਰਕ ਪੈ ਗਿਆ ਜੀ। ਅੱਛਾ, ਫਰਕ ਪੈ ਗਿਆ? ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਜੀ ਹਰਸ਼ਦੀਪ ਕੌਰ। ਹਰਸ਼ਦੀਪ ਕੌਰ, ਕਿੱਥੋਂ ਆਏ ਹੋ ਭਾਈ ਤੁਸੀਂ? ਸ਼ਾਹਬਾਦ ਤੋਂ ਜੀ। ਅੱਛਾ, ਕੀ ਪ੍ਰੋਬਲਮ ਕੀ ਸੀ ਤੁਹਾਨੂੰ? ਮੇਰੇ ਇੱਕ ਸਰਵਾਈਕਲ ਦੀ ਸੀ, ਮੈਕਸੀਮਮ 6 ਸਾਲ ਹੋ ਗਏ ਹੋਣੇ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਨੂੰ। ਓਕੇ। ਅਤੇ ਇੱਕ ਬੈਕ ਦੀ ਬੈਕ ਪੇਨ ਦੀ ਪ੍ਰੋਬਲਮ ਸੀ ਜੀ। ਓਕੇ, ਤੁਹਾਡੇ ਪੇਟ ਦੀ ਵੀ ਦਿੱਕਤ ਸੀ ਨਾ? ਹਾਂਜੀ ਹਾਂਜੀ, ਧਰਨ ਸੀ, ਗੋਡੀ ਵੀ ਪਈ ਹੋਈ ਸੀ। ਓਕੇ ਓਕੇ ਓਕੇ, ਹਾਂਜੀ। ਅਤੇ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ? ਇਹਨੂੰ ਕਾਫੀ ਸਾਲ, 4-5 ਸਾਲ ਇਹਨੂੰ ਹੋ ਗਏ ਹੁਣੇ ਤਰਨ। ਕਿੰਨੀਆਂ ਕੁ ਦਵਾਈਆਂ ਖਾਧੀਆਂ? ਮੈਂ ਬਹੁਤ ਦਵਾਈਆਂ, ਮੈਂ ਕਈ ਝਾੜੇ ਵੀ ਕਰਵਾ ਲਏ, ਧਾਗੇ ਵੀ ਬਣਵਾਏ ਆ। ਅੱਛਾ, ਉਂਝ ਵੀ ਪੱਟੀਆਂ ਵਗੈਰਾ ਵੀ ਲਗਵਾਈਆਂ। ਇੱਥੇ ਜ਼ਿਆਦਾ ਦਿੱਕਤ ਆ ਨਾ ਸ਼ੋਲਡਰ ਪਲੇਟ ਦੇ ਵਿੱਚ? ਹਾਂਜੀ ਹਾਂਜੀ। ਆ ਚੀਜ਼ 'ਚ? ਹਾਂਜੀ। ਕੀ ਕਹਿੰਦੇ ਸੀ ਡਾਕਟਰ? ਡਾਕਟਰ ਕਹਿੰਦੇ ਮਣਕੇ ਹਿੱਲੇ ਹੋਏ ਆ, ਮੈਡੀਸਿਨ ਦੇ ਜਾ ਰਹੇ ਸੀ, ਕਦੀ ਕਹਿ ਰਹੇ ਸੀ ਨੀਚੇ ਲੇਟ ਸੋਣਾ ਆ, ਬੈੱਡ 'ਤੇ ਨਹੀਂ ਪੈਣਾ। ਓਕੇ, ਇੱਦਾਂ ਮੈਡੀਸਿਨ ਵਗੈਰਾ ਹੀ ਲਈ ਜਾਓ ਬਸ। ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ? ਮੇਰੇ ਕਜ਼ਨ ਆ, ਮਤਲਬ ਬ੍ਰਦਰ ਇਨ ਲੋ ਆ, ਉਹਨਾਂ ਨੂੰ ਪ੍ਰੋਬਲਮ ਸੀ। ਕਿੱਥੋਂ ਸੀ ਉਹ? ਉਹ ਸੂਜਰੀ ਤੋਂ ਜੀ, ਸ਼ਾਹਬਾਦ ਤੋਂ ਹੀ। ਸ਼ਾਹਬਾਦ? ਅਮਨਦੀਪ ਸਿੰਘ। ਹਾਂਜੀ, ਅਮਨਦੀਪ ਸਿੰਘ। ਹਾਂਜੀ। ਓਕੇ ਓਕੇ। ਹੁਣ ਤੁਸੀਂ ਅੱਜ ਕਿੰਨੇ ਵਰੇ ਆ ਸਾਡੇ ਕੋਲ? ਮੈਂ 6 to 7 times ਹੋ ਗਿਆ ਹੋਣਾ, 7th time ਹੋ ਗਿਆ ਹੋਣਾ। ਹੁਣ ਕਿੰਨਾ ਦਰਦ ਹੁੰਦਾ ਤੁਹਾਡੇ? 80 to 85% ਮੈਨੂੰ ਫਰਕ ਪੈ ਗਿਆ ਅੱਗੇ ਨਾਲੋਂ। ਓਕੇ ਓਕੇ ਓਕੇ। ਹਾਂਜੀ, ਤੁਹਾਡੇ ਹਸਬੰਡ ਵੀ ਆਏ ਨੇ ਹਨਾ ਨਾਲ? ਹਾਂਜੀ ਹਾਂਜੀ। ਸਾਡੇ ਇਲਾਜ 'ਚ ਕਿਵੇਂ ਲੱਗਿਆ ਤੁਹਾਨੂੰ? ਇਲਾਜ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਇਹ ਆ ਕਿ ਜੋ ਵੀ ਇਸ ਚੀਜ਼ ਤੋਂ ਡਾਕਟਰਾਂ ਦੀਆਂ ਦਵਾਈਆਂ ਖਾਣ ਨਾਲੋਂ ਬੈਟਰ ਆ ਕਿ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ। ਮੈਂ ਇਹ ਰਿਕਮੈਂਡ ਕਰਾਂਗੀ ਕਿ ਬੈਸਟ ਆ ਗੋਡਿਆਂ ਦੇ ਪੈਣ ਲਈ, ਮੇਰੇ ਮਦਰ ਇਨ ਲੋ ਆ, ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਆ, ਉਹ ਵੀ ਇੱਥੇ ਆ ਰਹੇ ਨੇ ਮੇਰੀ ਵਜ੍ਹਾ ਤੋਂ ਹੀ। ਨੀਚੇ ਕਰੇ ਬਾ। ਹਾਂਜੀ, ਸਰੀਰ ਢਿੱਲਾ ਛੱਡ ਦਿਓ। ਹਾਂਜੀ ਬਸ, ਨੀਚੇ ਕਰਿਓ ਜੀ ਬਾ। ਹਾਂਜੀ, ਹੁਣ ਦੇਖੋ ਕਿੰਨਾ ਕੁ ਪੇਨ ਹੁੰਦਾ ਮੋਢੇ 'ਚ। ਬੈਟਰੀ ਅੱਗੇ ਨਾਲ ਹਲਕਾ ਹੋ ਗਿਆ। ਹਲਕਾ ਹੋ ਗਿਆ? ਹਾਂਜੀ। ਬਾਹਾਂ ਚੱਕ ਕੇ ਦੇਖੋ ਆਪਾਂ ਦੋਵੇਂ। ਹਾਂ, ਗਰਦਨ ਦੇਖੋ ਸਾਈਡਾਂ ਦੇ ਕਰਕੇ, ਇੱਦਾਂ ਨਹੀਂ ਜੀ, ਇੱਦਾਂ ਇਹ ਇੱਦਾਂ।
ਦੂਜੀ ਸਾਈਡ ਦੇਖੋ ਘੁਮਾ ਕੇ ਦੇਖੋ ਫਰਕ ਆ ਇਹ ਇਦਾਂ ਦੇਖੋ ਦੂਸਰੀ ਸਾਈਡ ਠੀਕ ਆ ਠੀਕ ਹੈ ਹਾਂਜੀ ਹਲਕਾ ਹੋ ਗਿਆ ਹਲਕਾ ਹੋ ਗਿਆ ਹਾਂਜੀ ਚਲੋ ਠੀਕ ਹੈ ਜੀ ਬਾਹਾਂ ਉੱਤੇ ਨੂੰ ਕਰਕੇ ਦੇਖੋ ਇੱਕ ਵਾਰੀ ਹੁਣ ਕੋਈ ਦਿੱਕਤ ਆ ਨਹੀਂ ਨਹੀਂ ਠੀਕ ਆ ਠੀਕ ਆ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅੱਛਾ ਅਤੇ ਤੁਹਾਡੇ ਵਾਈਫ ਨੂੰ ਕਾਫੀ ਫਰਕ ਪੈ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿਸ ਨੂੰ ਕੋਈ ਦਿੱਕਤ ਹੈ ਪਹਿਲਾਂ ਇੱਥੇ ਇੱਕ ਵਾਰ ਦਿਖਾਉਣ ਅਤੇ ਆਪਣਾ ਟ੍ਰੀਟਮੈਂਟ ਕਰਾਉਣ ਕਿੱਥੋਂ ਆਏ ਕਿੱਥੋਂ ਤੁਸੀਂ ਸ਼ਾਹਬਾਦ ਤੋਂ ਆਏ ਓਕੇ ਹਾਂਜੀ ਕਿੰਨਾ ਹੁਣ ਤੁਸੀਂ ਸਥਿਤੀ ਦੇਖੀ ਉਹਨਾਂ ਦੀ ਹਾਂ ਪਹਿਲੇ ਨਾਲ ਕਾਫੀ ਬੈਟਰ ਆ ਅੱਗੇ ਸਵੇਰ ਨੂੰ ਉੱਠਦੇ ਸੀ ਦਰਦ ਰਹਿੰਦਾ ਸੀ ਪੇਟ 'ਚ ਕਮਰ 'ਚ ਹੁਣ ਪਹਿਲਾਂ ਨਾਲ ਕਾਫੀ ਫਰਕ ਪੈ ਗਿਆ ਮੇਰਾ ਨਾਮ ਗੁਰਜੀਤ ਕੌਰ ਹੈ ਕਿੱਥੋਂ ਆਏ ਬੀਬੀ ਤੁਸੀਂ ਅਸੀਂ ਸ਼ਾਹਬਾਦ ਮਾਰਕੰਡੇ ਤੋਂ ਆਏ ਹਾਂ ਅੱਛਾ ਕੀ ਦਿੱਕਤ ਕੀ ਸੀ ਤੁਹਾਨੂੰ ਮੇਰੇ ਬੇਟੇ ਨੂੰ 2 ਮਹੀਨੇ ਹੋ ਗਏ ਨੇ ਬੈੱਡ 'ਤੇ ਬੈਠੇ ਸੀ ਬਸ ਉੱਥੇ ਅੰਦਰ ਹੀ ਅਸੀਂ ਸਾਰਾ ਕੁਛ ਦਿੰਦੇ ਸੀ ਉੱਥੇ ਹੀ ਪਾਣੀ ਇਹਨਾਂ ਨੇ ਫੋਨ ਕਰਨਾ ਜੇ ਅਸੀਂ ਕਈ ਵਾਰ ਜਾਣਾ ਇਹਨਾਂ ਨੇ ਬਾਥਰੂਮ 'ਚ ਜਾਣਾ ਉੱਥੇ ਵੀ ਇਹਨਾਂ ਨੇ ਬ੍ਰਸ਼ ਕਰਨ ਜਾਣਾ ਕੀ ਨਾਮ ਸੀ ਬੇਟੇ ਦਾ ਅਮਨਦੀਪ ਮੇਰੇ ਬੇਟੇ ਦਾ ਨਾਮ ਹੈ ਠੀਕ ਹੈ ਕਿਹੜਾ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਹੈ ਖਰੀਂਡਵਾ ਸਾਨੂੰ ਅੱਡਾ ਲੱਗਦਾ ਅੱਗੇ ਡੇਰਾ ਹੈ ਆਪਣਾ 4 ਕਿਲੋਮੀਟਰ ਹੈ ਅੱਛਾ ਕੀ ਬੇਟੇ ਨੂੰ ਕੀ ਸਮੱਸਿਆ ਕੀ ਸੀ ਤੁਸੀਂ ਦੱਸੋ ਉਹਨਾਂ ਦੇ ਇਹ ਅਸੀਂ ਮਣਕਿਆਂ ਵਾਲੀ ਦਿੱਕਤ ਅਤੇ ਨਸ ਦੱਬੀ ਆਉਂਦੀ ਸੀ ਅਤੇ ਅਸੀਂ ਬਹੁਤ ਥਾਵਾਂ ਤੇ ਗਏ ਆ ਠੀਕ ਆ ਹਾਂ ਬਸ ਪ੍ਰੇਸ਼ਨ ਹੀ ਕਹਿੰਦੇ ਸੀ ਹੁਣ ਕਿੱਦਾਂ ਹੁਣ ਬਹੁਤ ਮੈਂ ਬਹੁਤ ਖੁਸ਼ ਆ ਮੈਂ ਆਪਣੇ ਬੇਟੇ ਨੂੰ ਟੁੱਟਦੇ ਫਿਰਦੇ ਨੂੰ ਦੇਖਣੀ ਆ ਉਦੋਂ ਮੇਰਾ ਇੰਨਾ ਮਨ ਦੁਖੀ ਸੀ ਨਾ ਕਿ ਮੈਂ ਮੇਰਾ ਬੇਟਾ ਕਿਦਾਂ ਟੁਰੇ ਦਾ ਤੇ ਹੁਣ ਨਾ ਇੱਥੇ ਅਸੀਂ ਆਏ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਬੇਟਾ ਹੁਣ ਨਾ ਸਾਰਾ ਫਿਰਦਾ ਹੈ ਸ਼ਹਿਰ ਵੀ ਜਾਣ ਲੱਗ ਗਿਆ ਸਾਰਾ ਤੁਰਿਆ ਫਿਰਦਾ ਹੈ ਖੁਸ਼ ਹੋਣ ਤੁਸੀਂ ਬਹੁਤ ਖੁਸ਼ ਹਾਂ ਅਸੀਂ ਤਾਂ ਤੁਹਾਡੇ ਤੇ ਬਹੁਤ ਹੀ ਖੁਸ਼ ਹਾਂ ਧੰਨਵਾਦ ਕਰਨੇ ਆ ਤੁਹਾਡਾ ਮੈਂ ਤਾਂ ਬਹੁਤ ਹੀ ਖੁਸ਼ ਹਾਂ ਤੁਹਾਡਾ ਚਲੋ ਬੀਬੀ ਕਰਨ ਵਾਲਾ ਪਰਮਾਤਮਾ ਇੱਕ ਜਰੀਆ ਬਣਦਾ ਹੁੰਦਾ ਇਨਸਾਨ ਤੋਂ ਠੀਕ ਆ ਮੈਂ ਤਾਂ ਬਹੁਤ ਹੀ ਕਰਨੀ ਆ ਤੁਹਾਡਾ ਤੁਹਾਨੂੰ ਕੀ ਸੀ ਸਮੱਸਿਆ ਤੁਸੀਂ ਆਪਣੇ ਵੀ ਦੱਸ ਦਿਓ ਮੇਰੇ ਬਸ ਗੋਡਿਆਂ 'ਚ ਦਿੱਕਤ ਸੀ ਅਤੇ ਮੈਂ ਗੋਡਿਆਂ ਤੋਂ ਹੀ ਵੀ ਜਿੱਥੇ ਜਾਂਦੇ ਸਕ ਦੋ ਥਾਂ ਵਿਖਾਇਆ ਉਹਨਾਂ ਨੇ ਕਿਹਾ ਆਪਰੇਸ਼ਨ ਹੀ ਕਰਾਉਣਾ ਹਾਂਜੀ ਇੱਕ ਧਰਨ ਵੀ ਹੈ ਸੀ ਉਹ ਪੇਟ 'ਚ ਵੀ ਬਹੁਤ ਦਿੱਕਤ ਰਹਿੰਦੀ ਸੀ ਮੈਨੂੰ ਆਉਂਦਾ ਪੇਟ ਆਰਾਮ ਹੈ ਮੈਨੂੰ ਆਉਂਦਾ ਵੀ ਅਤੇ ਹੁਣ ਇਹ ਵੀ ਮੇਰੀ ਗੋਡਿਆਂ ਦੀ ਦਰਦ ਦਾ ਵੀ ਫਰਕ ਪੈ ਚੱਲਿਆ ਹੈ ਮੈਨੂੰ ਹੁਣ ਠੀਕ ਆ ਹਾਂਜੀ ਹੁਣ ਠੀਕ ਹੋ ਹਾਂ ਅਸੀਂ ਬਹੁਤ ਖੁਸ਼ ਹਾਂ ਅਸੀਂ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਕ ਨਾ ਧਰਮ ਕੱਢਣ ਦਾ ਕੋਈ ਅਸੀਂ ਉਹ ਨਹੀਂ ਚਾਰਜ ਨਹੀਂ ਕਰ ਲੈਂਦੇ ਹੈਗੇ ਠੀਕ ਆ ਹਾਂਜੀ ਕਿਸੇ ਨੂੰ ਹੋਰ ਇੱਕ ਤੁਹਾਡੇ ਹੋਰ ਹੋਈ ਸੀਗੀ ਹਾਂਜੀ ਤੇ ਅਸੀਂ ਬਹੁਤ ਬਹੁਤ ਤੁਹਾਡਾ ਉਹਨੂੰ ਵੀ ਪੇਟ ਦੀ ਕਾਫੀ ਸਮੱਸਿਆ ਸੀ ਧੰਨਵਾਦ ਸਿੰਘ ਬਿੱਟੂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਮੇਰੇ ਬੇਟਿਆਂ ਵਰਗਾ ਹੀ ਇਹ ਪਤਾ ਕੀ ਕਿਸੇ ਨੂੰ ਧਰਨ ਪਈ ਆ ਉਹਦਾ ਅਸੀਂ ਕੋਈ ਉਹ ਨਹੀਂ ਪੈਸਾ ਨਹੀਂ ਲੈਂਦੇ ਹੈਗੇ ਉਹ ਬਿਨਾਂ ਤੋਂ ਕੱਢਦੇ ਹੈਗੇ ਠੀਕ ਆ ਅਤੇ ਖਾਲੀ ਪੇਟ ਆਉਣਾ ਜਿਹਨੂੰ ਵੀ ਦਿੱਕਤ ਆਉਂਦੀ ਹੈ ਕਿਸੇ ਨੂੰ ਅਤੇ ਠੀਕ ਹੋ ਹਾਂ ਹਾਂਜੀ ਬਹੁਤ ਖੁਸ਼ ਹਾਂ ਅਸੀਂ ਬਹੁਤ ਤੁਹਾਡਾ ਧੰਨਵਾਦ ਬਹੁਤ ਕਰਨੇ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਮੇਰਾ ਬੇਟਾ ਵੀ ਖੁਸ਼ ਹੋ ਗਿਆ ਸਾਡਾ ਪਰਿਵਾਰ ਸਾਰਾ ਹੀ ਖੁਸ਼ ਹੈ ਹੁਣ ਠੀਕ ਹੈ ਹਾਂਜੀ ਭਾਅ ਜੀ ਮੇਰਾ ਨਾਮ ਅਮਨਦੀਪ ਹੈ ਜੀ ਅੱਛਾ ਕਿਹੜੇ ਪਿੰਡ ਤੋਂ ਆਇਆ ਤੁਸੀਂ ਮੈਂ ਸ਼ਾਹਬਾਦ ਕੁਰਸ਼ੇਤਰਾ ਤੋਂ ਭਾਅ ਜੀ ਪਿੰਡ ਮੇਰਾ ਖਰੀਂਡਵਾ ਹੈ ਜੀ ਕੀ ਪ੍ਰੋਬਲਮ ਕੀ ਸੀ ਪ੍ਰੋਬਲਮ ਭਾਅ ਜੀ ਮੈਨੂੰ ਨਾ L5 L4 ਦੀ ਦਿੱਕਤ ਆਈ ਸੀ L4 L5 ਜੀ ਤਾਂ ਤੇਰੇ ਸਮੱਸਿਆ ਨਹੀਂ ਹੈਗੀ ਸੀ ਹਾਂਜੀ ਡਾਕਟਰ SI ਇਹ ਤੇਰੇ ਆਹ ਜੋੜ 'ਚ SI ਜੁਆਇੰਟ 'ਚ ਪ੍ਰੋਬਲਮ ਸੀ ਇਹ ਆਹ ਹੱਡੀ 'ਚ ਇੱਥੇ ਦਿੱਕਤ ਸੀ ਇੱਥੇ ਸੀ ਨਾ ਹਾਂਜੀ ਹਾਂਜੀ ਡਾਕਟਰ ਇੱਥੋਂ ਦਿਖਾ ਰਿਹਾ ਸੀ ਤੇਰੇ ਹਾਂਜੀ ਹਾਂਜੀ ਵੀ ਤੇਰੇ L4 L5 ਜੇ ਹਾਂਜੀ ਹਾਂਜੀ ਇੱਥੇ ਵੀ ਦਿੱਕਤ ਨਹੀਂ ਸੀ ਤੇਰੇ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੀ ਕੀ ਸਮੱਸਿਆ ਸੀ ਤੇਰੇ ਭਾਅ ਜੀ ਮੈਨੂੰ ਘੱਟੋ ਘੱਟ 3 ਮਹੀਨਿਆਂ ਤੋਂ ਇਹ ਪ੍ਰੋਬਲਮ ਸੀ ਜੀ ਮੇਰੇ ਇੱਥੋਂ ਸਾਰੀ ਲੱਤ 'ਚ ਦਰਦ ਜਾਂਦੀ ਸੀ ਜੀ ਬੈਠ ਕੇ ਮੈਂ ਨਾ ਬੈਠਣ ਜੋਗਾ ਸੀ ਅਤੇ ਨਾ ਖੜ੍ਹ ਸਕਦਾ ਸੀ ਜੀ ਮੈਂ
ਅਤੇ ਮੈਂ ਤਾਂ ਲੇਟ ਕੇ ਹੀ ਖਾਣਾ ਖਾਂਦਾ ਸੀ ਜੀ, ਸਾਰਾ ਕੁਛ ਮੇਰੇ ਬਹੁਤ ਜ਼ਿਆਦਾ ਦਿੱਕਤ ਸੀ, ਮੈਂ ਤਾਂ ਬਿਲਕੁਲ ਬੈੱਡ ਬਣ ਗਿਆ ਸੀ ਜੀ, ਬਾਥਰੂਮ ਤੱਕ ਵੀ ਨਹੀਂ ਜਾਇਆ ਜਾਂਦਾ ਸੀ ਜੀ। ਐਕਚੁਅਲੀ ਮੇਰਾ 2009 'ਚ ਨਾ ਓਪਰੇਸ਼ਨ ਹੋਇਆ ਹੈ ਜੀ, ਇਸ ਚੀਜ਼ ਦਾ ਦਿੱਲੀ ਹੋਇਆ ਸੀ ਜੀ। ਓਕੇ। ਅਤੇ ਪਹਿਲਾਂ ਤਾਂ 2 ਮਹੀਨੇ ਮੈਂ ਇੱਧਰ ਡਾਕਟਰ ਅੰਬਾਲੇ ਕੁਰਕਸ਼ੇਤਰ ਸਾਰੇ ਡਾਕਟਰਾਂ ਨੂੰ ਦਿਖਾਇਆ। ਅੱਛਾ। ਅਤੇ ਮੈਨੂੰ ਕੋਈ ਬਿਲਕੁਲ ਕੋਈ ਆਰਾਮ ਨਹੀਂ ਆਇਆ, ਮੈਂ ਫਿਜ਼ੀਓਥੈਰੇਪੀ ਵੀ ਕਰਵਾਈ ਜੀ। ਠੀਕ ਹੈ। ਅਤੇ ਬਿਲਕੁਲ ਮੈਂ ਤਾਂ ਜ਼ੀਰੋ ਹੋ ਗਿਆ ਸੀ ਜੀ, ਬਿਲਕੁਲ ਮੈਂ ਉਦਾਂ ਹੀ ਕਹਾਂ, ਮੈਂ ਤਾਂ ਵਿਸ਼ਵਾਸ ਟੁੱਟ ਗਿਆ ਵੀ ਮੈਨੂੰ ਤਾਂ ਇਹ ਗਿਆ ਸੀ ਵੀ ਤੂੰ ਬੈੱਡ ਹੀ ਬਣੇ ਰਹੇਗਾ ਸਾਰੀ ਉਮਰ ਜੀ। ਠੀਕ ਹੈ। ਅਤੇ ਉਦੋਂ ਬਾਅਦ ਜੀ ਫਿਰ ਮੈਂ ਦੁਬਾਰਾ ਉਹੀ ਜਿਹੜਾ ਓਪਰੇਟ ਕੀਤਾ ਸੀ ਡਾਕਟਰ ਨੇ ਮੈਨੂੰ 2009 'ਚ, ਅਤੇ ਮੈਂ ਚਲੋ ਕਿਹਾ ਉਹਦੀ ਵੀ ਸਲਾਹ ਲੈ ਕੇ ਦੇਖਦੇ ਹਾਂ। ਅਤੇ ਮੈਂ ਤੁਹਾਨੂੰ ਕਿਵੇਂ ਪਤਾ ਲੱਗਿਆ? ਅਤੇ ਮੈਂ ਐਕਚੁਅਲੀ ਉੱਥੇ ਫਿਰ ਦਿੱਲੀ ਗਏ ਜੀ ਡਾਕਟਰ ਕੋਲ ਜੀ ਜੀ, ਅਤੇ ਉਹਨਾਂ ਨੇ ਮੇਰੀ ਇੱਕ MRI ਕੀਤੀ 25,000 'ਚ, MRI ਇੱਕ NCV ਟੈਸਟ ਹੁੰਦਾ ਜੀ, ਉਹ ਕੀਤਾ 10,000 ਦਿਓ ਜੀ, 35,000-40,000 ਰੁਪਇਆ ਮੇਰਾ ਇੱਕ ਦਿਨ ਚ ਲਾਇਆ। ਹਾਂਜੀ। ਤੇ ਉੱਥੇ ਹੀ ਇੱਕ ਰਿਲੇਟਿਵ ਸੀ ਜੀ ਮੇਰਾ ਕੋਈ ਦਿੱਲੀ, ਕਿਹੜੇ ਪਿੰਡ ਤੋਂ? ਉਹ ਇੱਥੇ ਪੈਂਦਾ ਪੇਵੇ ਦੇ ਲਾਗੇ, ਖੇੜੀ ਪਿੰਡ ਪੈਂਦਾ ਜੀ। ਅੱਛਾ ਅੱਛਾ ਅੱਛਾ। ਤੇ ਉਹਨਾਂ ਨੇ ਤੁਹਾਡੇ ਬਾਰੇ ਮੈਨੂੰ ਦੱਸਿਆ ਵੀ ਕਹਿੰਦੇ ਇੱਦਾਂ ਇੱਦਾਂ ਕਰਕੇ ਪਟਿਆਲੇ ਅਰਬਨ ਸਟੇਟ ਫੇਸ 2 'ਚ ਬਹਾਦਰ ਬਿੱਟੂ ਜੀ ਨੇ, ਅਤੇ ਤੁਸੀਂ ਇੱਕ ਵਾਰੀ ਉਹਨਾਂ ਕੋਲ ਜਾ ਕੇ ਆਓ। ਠੀਕ ਹੈ। ਹਾਂਜੀ ਹਾਂਜੀ। ਅਤੇ ਤੁਹਾਨੂੰ ਕੋਈ ਮੈਡੀਸਨ ਕੋਈ ਖਿੱਚ ਤੂੰ ਕੋਈ ਗਲਾਸ ਗੜਬੀ ਲਾਈ ਹੋਵੇ ਅਸੀਂ? ਨਾ ਜੀ ਨਾ ਜੀ, ਤਾਂ ਤੁਸੀਂ ਤਾਂ ਬਿਲਕੁਲ ਆਪਣਾ ਤੁਹਾਡੇ ਹੱਥ 'ਚ ਕਲਾਕਾਰੀ ਲਾ ਲਓ, ਤੁਸੀਂ ਤਾਂ ਸਭ ਡਾਕਟਰਾਂ ਨੂੰ ਫੇਲ ਕਰ ਦਿੱਤਾ ਜੀ, ਮੇਰੇ ਵਾਸਤੇ ਤਾਂ ਤੁਸੀਂ ਬਹੁਤ ਹੀ ਕਹਿਣਾ ਰੱਬ ਦਾ ਰੂਪ ਜੇ ਜੀ, ਮੈਂ ਜੇ ਕਹਿ ਸਕਾਂ ਜੋ। ਹੁਣ ਕਿੰਨਾ ਕੁ ਤੁਹਾਨੂੰ ਕਿਵੇਂ ਤੇਰਾ ਪਹਿਲਾਂ ਸਟਾਰਟਿੰਗ 'ਚ ਪਤਾ ਲੱਗੇ ਗੱਡੀ 'ਚ ਪਾ ਕੇ ਲੈ ਗਏ? ਮੈਂ ਤਾਂ ਗੱਡੀ 'ਚ ਪੈ ਕੇ ਆਇਆ ਜਿੱਦਾਂ ਤੁਹਾਡੇ ਕੋਲ ਆਇਆ ਜੀ ਹੁਣ, ਅਤੇ ਪਹਿਲੇ ਦਿਨ ਹੀ ਮੈਂ ਇੱਥੋਂ ਤੁਸੀਂ ਮੈਨੂੰ ਕੀਤਾ ਸੈੱਟ, ਅਤੇ ਮੈਂ ਚੱਲਣ ਜੋਗਾ ਹੋ ਗਿਆ ਜੀ। ਠੀਕ। ਅਤੇ ਅੱਜ ਜੋ ਹੈਗਾ ਤੇ ਮੈਂ ਸਾਰੇ ਕੰਮ ਵੀ ਕਰਨ ਲੱਗ ਗਿਆ ਜੀ, ਗੱਡੀ ਵੀ ਚਲਾਉਣ ਲੱਗ ਗਿਆ ਜੀ, ਅਤੇ ਮੈਂ ਤਾਂ ਬਹੁਤ ਯਾਨੀ ਕਿ ਬਚ ਗਿਆ। ਇਲਾਜ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਲਾਜ ਤਾਂ ਤੁਹਾਡਾ ਬਹੁਤ ਵਧੀਆ ਜੀ, ਨਾ ਤਾਂ ਕੋਈ ਦਵਾਈ ਹੈ ਜੀ ਦੇਖੋ, ਓਕੇ, ਨਾ ਕੋਈ ਜ਼ਿਆਦਾ ਤੋੜ ਮਰੋੜ ਕਰਦੇ ਜੇ, ਨਾ ਅੰਗਰੇਜ਼ੀ ਦਵਾਈ, ਨਾ ਕੁਛ ਨਹੀਂ, ਅਤੇ ਹਲਕੀ ਜਿਹੀ ਐਡਜਸਟਮੈਂਟ ਹੈ ਉਹਦੇ ਨਾਲ ਹੀ ਤੁਸੀਂ ਬੰਦੇ ਮਰੀਜ਼ ਨੂੰ ਚੱਲਦਾ ਕਰ ਦਿੰਦੇ ਜੀ, ਅਤੇ ਮੇਰੇ ਕਰਕੇ ਬਹੁਤ ਮਰੀਜ਼। ਹੋਰ ਕਿੰਨੇ ਤੁਹਾਡੇ ਨਾਲ? ਕਿੰਨੇ ਉਹ ਵੀ ਦੱਸ ਦਿਓ ਕਿੰਨੇ ਤੁਹਾਡੇ ਨਾਲ? ਮੇਰੇ ਨਾਲ ਅੱਜ 11 ਜਣੇ ਆਏ ਹੋਏ ਨੇ ਜੀ। ਅੱਛਾ। ਮੇਰੇ ਰਿਲੇਟਿਵ ਨੇ, ਅਤੇ ਉਹਨਾਂ ਨੂੰ ਹਾਂਜੀ ਸਾਰਿਆਂ ਨੂੰ, ਕਿਸੇ ਨੂੰ ਗੋਡੇ ਦੀ ਦਿੱਕਤ, ਕਿਸੇ ਨੂੰ ਸਰਵਾਈਕਲ ਦੀ, ਕਿਸੇ ਨੂੰ ਕੁਛ ਹੈ। ਆਪਣਾ ਇੱਕ ਨੰਬਰ ਬੋਲ ਦਿਓ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਚਾਹੁੰਦੀ। ਹਾਂਜੀ ਹਾਂਜੀ, ਮੇਰਾ ਨੰਬਰ ਹੈ ਜੀ 98963-88-127। ਇੱਕ ਵਾਰੀ ਫਿਰ ਬੋਲ ਦਿਓ, 98963-88-127। ਦੇਖੋ ਚੱਲ ਗਏ ਹੁਣ, ਪਾਸਾ ਲੈ ਕੇ ਉੱਠ ਕੇ ਦੇਖੋ। ਕੋਈ ਨਹੀਂ, ਪੱਟੀ ਲਾਉਂਦੇ ਹਾਂ। ਕੋਈ ਗੱਲ ਨਹੀਂ, ਤੁਸੀਂ ਚੱਲ ਗਿਆ ਦੇਖੋ ਨਾ। ਗੇੜਾ ਕੱਢ ਕੇ ਦੇਖੋ। ਠੀਕ ਹੈ, ਕੋਈ ਦਰਦ ਨਹੀਂ ਹੋਣਾ। ਕੀ ਨਾਮ ਹੈ ਜੀ ਤੁਹਾਡਾ? ਜਸਵੀਰ ਸਿੰਘ। ਕਿੱਥੋਂ ਆਏ ਹੋ ਤੁਸੀਂ? ਨਲਵੀ ਤੋਂ। ਕੀ ਪ੍ਰੋਬਲਮ ਕੀ ਸੀ ਤੁਹਾਨੂੰ? ਨਸਾਂ ਦਾ ਵੀ ਬਿਤਾਈ ਤੀ ਮਣ ਕੇ ਸੀ। ਚੂਲੇ 'ਚ ਪ੍ਰੋਬਲਮ ਸੀ ਤੁਹਾਡੀ, ਚੂਲੇ ਵਾਲੀ ਗੱਡੀ 'ਚ? ਡਾਕਟਰਾਂ ਨੇ ਤਾਂ ਜੋ ਮੈਨੂੰ ਬਤਾਇਆ ਤਾਂ ਮੈਂ ਤਾਂ ਉਹ ਬਤਾ ਰਿਹਾ ਨਾ। ਅੱਛਾ। ਉਹਨਾਂ ਨੇ ਤਾਂ ਇਹ ਕਿਹਾ ਤਾ ਵੀ ਨਸਾਂ ਦਬਰੀ ਹੈ ਮਣ ਕੇ ਨੀਚੇ। ਅੱਜ ਕਿੰਨੀ ਵਾਰੀ ਆਏ ਤੁਸੀਂ? ਤੀਜੀ ਵਾਰ। ਕਿਵੇਂ ਆ ਹੁਣ, ਕਿੱਦਾਂ ਦਰਦ? ਕਿੱਦਾਂ? ਬਿਲਕੁਲ। ਕਿੰਨੇ ਟਾਈਮ ਤੋਂ ਸਮੱਸਿਆ ਜੀ ਤੁਹਾਡੀ? ਸਮੱਸਿਆ 3 ਸਾਲ। 3 ਸਾਲ? 3 ਸਾਲ ਹੋ ਗਏ। ਅਸੀਂ ਕੋਈ MRI ਨਹੀਂ ਕੁਛ ਨਹੀਂ, ਸਭ ਕਰਾ ਲਈ ਚੀਜ਼ਾਂ, ਸਭ ਡਾਕਟਰ ਫਿਜ਼ੀਓਥੈਰੇਪੀ ਵੀ 6 ਮਹੀਨੇ ਕਰਾ ਲਈ, ਜਗ੍ਹਾ ਜਗ੍ਹਾ ਬਦਲ ਗਏ। ਅਸੀਂ ਕੋਈ MRI ਕਰਾਈ ਨਾ, ਇਹਾਂ ਕੋਈ MRI ਨਹੀਂ, ਕੋਈ ਮੈਡੀਸਨ, ਕੋਈ ਮੈਡੀਸਨ ਨਹੀਂ। ਤੁਹਾਨੂੰ ਬਾਤ ਕੀ, ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ? ਆਪਣੇ ਪਿੰਡ ਤੋਂ ਰਜਵੰਤ ਕੌਰ ਆਈ ਸੀ। ਠੀਕ ਹੈ। ਅਮਨਦੀਪ ਕੇ ਰਿਸ਼ਤੇਦਾਰ ਹੈ। ਅਮਨਦੀਪ ਦਾ ਕਾਫੀ ਪ੍ਰੋਬਲਮ ਸੀ। ਹਾਂ, ਤਾਂ ਇਹਨਾਂ ਨੇ ਕਿਹਾ,
ਇਹ ਲੈ ਕੇ ਆਏ ਮੇਰੇ ਕੋਲ, ਕਿਹਾ ਗਿਆ ਆਪਣੀ ਕਾਰ ਮੈਂ ਮੇਰੇ ਕੋਲ ਲੈ ਕੇ ਆਏ। ਹੁਣ ਕਿਵੇਂ ਲੱਗਦਾ ਤੁਹਾਨੂੰ? ਮੈਂ ਉਸ ਦਿਨ ਬਹੁਤ ਤੰਗ ਥਾ, ਬਹੁਤ ਪਰੇਸ਼ਾਨ। ਅੱਜ ਕਿਵੇਂ ਲੱਗ ਰਿਹਾ? ਅੱਜ ਮੈਨੂੰ ਬਿਲਕੁਲ ਰਿਲੀਫ ਲੱਗ ਰਿਹਾ। ਕੀ ਕਹਿਣਾ ਚਾਹੁੰਦੇ ਸਾਡੇ? ਬਸ ਮੈਂ ਇਹ ਕਹਿਣਾ ਚਾਹੂੰ ਦਰਸ਼ਕਾਂ ਨੂੰ ਜੋ ਸੁਣਨ ਵਾਲੇ ਹੈ ਵੀ ਇੱਧਰ ਉੱਧਰ ਆਪਣਾ ਖਰਚਾ ਕਰਨੇ ਕੀ ਬਜਾਏ ਸਿੱਧਾ ਯਹਾਂ ਆਓ। ਕੋਈ ਐਮ ਆਰ ਆਈ ਨਹੀਂ, ਕੋਈ ਫੀਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ। ਫੀਸ ਤਾਂ ਹੈ ਜੀ ਸਾਡੀ, ਉਹ ਫੀਸ ਨਹੀਂ ਹੈ ਨਾ। ਅਸੀਂ ਕਿਸੇ ਨੂੰ ਐਮ ਆਰ ਆਈ ਨਹੀਂ ਕਰਾਉਂਦੇ, ਕੋਈ ਮੈਡੀਸਨ ਨਹੀਂ ਦਿੰਦੇ, ਕੋਈ ਐਕਸਰਾ ਨਹੀਂ ਕਰਾਉਂਦੇ, ਠੀਕ ਹੈ? ਕੋਈ ਖਿੱਚ ਤੋਂ ਨਹੀਂ ਕਰਦੇ, ਕੋਈ ਗੜਬੜੀ ਨਹੀਂ ਹੈ। ਬਸ ਬਾਰ ਬਾਰ ਨਹੀਂ ਪਰਚੀ ਨਹੀਂ, ਕੋਈ ਟੈਸਟ ਨਹੀਂ, ਕੋਈ ਉਹ ਫੀਸਾਂ ਨਹੀਂ ਹੈ। ਚਲੋ ਠੀਕ ਹੈ, ਠੀਕ ਹੈ, ਬਿਲਕੁਲ ਖੁਸ਼ ਹਾਂ, ਬਿਲਕੁਲ ਧੰਨਵਾਦ। ਕੀ ਨਾਮ ਹੈ ਜੀ ਤੁਹਾਡਾ? ਗੁਰਮੀਤ ਕੌਰ। ਕਿੱਥੋਂ ਆਏ ਜੀ ਤੁਸੀਂ? ਸ਼ਾਹਬਾਦ ਤੋਂ। ਅੱਛਾ, ਤੁਹਾਡੀ ਕੀ ਸਮੱਸਿਆ ਕੀ ਸੀਗੀ? ਸਾਡੀ ਮੇਰੀ ਮੋਚ ਆਈ ਹੋਈ ਸੀ ਹੱਡੀ ਬਾਹਰ। ਮੋਚ ਨਹੀਂ ਆਈ ਸੀ, ਹੱਡੀ ਬਾਹਰ ਸੀਗੀ। ਕਿੰਨੀ ਬਾਹਰ ਸੀਗੀ? ਬਾਹਰ ਹੱਡੀ ਬਾਹਰ ਸੀ, ਕਾਫੀ ਬਾਹਰ ਸੀ। ਕੀ ਪ੍ਰੋਬਲਮ ਆ ਰਹੀ ਸੀਗੀ? ਦਰਦ ਹੁੰਦੀ ਸੀ, ਬਹੁਤ ਜ਼ਿਆਦਾ ਦਰਦ ਹੁੰਦੀ ਸੀ। ਅੱਛਾ, ਤੇ ਹੁਣ ਕਾਫੀ ਫਰਕ ਹੈ, ਠੀਕ ਹੈ, ਅੱਗੇ ਨਾਲ ਠੀਕ ਹੋ। ਕਿੰਨੇ ਵਾਰੀ ਆਏ ਤੁਸੀਂ? ਤੀਸਰੀ ਵਾਰ ਆਈ ਹਾਂ। ਹੁਣ ਚੱਲਣ 'ਚ ਕਿੰਨੀ ਪ੍ਰੋਬਲਮ ਆ ਰਹੀ ਹੈ? ਕੋਈ ਖਾਸ ਨਹੀਂ ਹੈਗੀ ਪ੍ਰੋਬਲਮ, ਹੁਣ ਤਾਂ ਕਾਫੀ ਫਰਕ ਪੈ ਗਿਆ, ਠੀਕ ਹੋ। ਪਹਿਲਾਂ ਚੱਲਣ 'ਚ ਦਿੱਕਤ ਆ ਰਹੀ ਨਾ ਬਹੁਤ ਜ਼ਿਆਦਾ? ਹਾਂਜੀ, ਬਹੁਤ ਜ਼ਿਆਦਾ ਦਿੱਕਤ। ਕਿੰਨੇ ਸਾਲ ਤੋਂ ਸੀਗੀ? ਇਹ 2-3 ਸਾਲ ਹੋ ਗਏ ਸੀ। ਅੱਛਾ, ਕੀ ਕਹਿੰਦੇ ਸੀ ਡਾਕਟਰ? ਡਾਕਟਰ ਆਪਰੇਸ਼ਨ ਕਹਿੰਦੇ, ਆਪਰੇਸ਼ਨ ਹੋਊਗਾ? ਹਾਂਜੀ। ਇੱਥੋਂ ਉਹਨਾਂ ਨੇ ਕੱਟ ਦੇਣੀ ਸੀ ਹੱਡੀ? ਹਾਂਜੀ। ਇੱਥੇ ਦਿੱਕਤ ਇੱਥੇ, ਆਹ ਦੇਖੋ ਆਹ ਆਹ ਹੱਡੀ 'ਚ ਪ੍ਰੋਬਲਮ ਆ, ਇੱਥੇ ਦਿੱਕਤ ਆ। ਹਾਂਜੀ ਹਾਂਜੀ। ਹੁਣ ਚੱਲਣ 'ਚ ਠੀਕ ਲੱਗ ਰਿਹਾ? ਹਾਂਜੀ, ਬਿਲਕੁਲ ਠੀਕ ਹੈ ਜੀ। ਅੱਛਾ, ਤੁਹਾਨੂੰ ਕਿਹਨੇ ਦੱਸਿਆ ਸੀ? ਅਮਨਦੀਪ ਨੇ। ਅਮਨਦੀਪ ਦੇ ਸਾਰੇ, ਅਮਨਦੀਪ ਦੀ ਤਾਂ ਬਹੁਤ ਮਾੜੀ ਹਾਲਤ ਸੀ ਨਾ? ਹਾਂਜੀ, ਬਹੁਤ ਜ਼ਿਆਦਾ ਮਾੜੀ ਹਾਲਤ ਸੀ, ਹੁਣ ਤਾਂ ਠੀਕ ਹੈ? ਹਾਂਜੀ, ਸ਼ੁਕਰ ਹੈ ਪਰਮਾਤਮਾ ਦਾ, ਠੀਕ ਹੋਏ ਨੇ। ਚਲੋ ਠੀਕ ਹੋਣਾ ਚਾਹੀਦਾ ਜੀ। ਹਾਂਜੀ, ਛੱਡਿਓ ਸਰੀਰ ਢਿੱਲਾ, ਛੱਡ ਦਿਓ। ਪੈਰ ਢਿੱਲਾ ਛੱਡ ਦਿਓ ਬਿਲਕੁਲ। ਕਾਫੀ ਠੀਕ ਹੈ ਹੁਣ ਤਾਂ? ਹਾਂਜੀ, ਬਹੁਤ ਠੀਕ ਹੈ। ਕਾਫੀ ਹੱਡੀ ਗਈ ਅੰਦਰ? ਹਾਂਜੀ ਹਾਂਜੀ। ਕਿੰਨੇ ਸਾਲ ਤੋਂ ਦੁੱਖ ਭੋਗਦੇ ਸੀਗੇ? 2 ਸਾਲ ਤੋਂ। ਅੱਛਾ, ਦੇਖੋ ਚੱਲ ਕੇ ਹੁਣ ਪੂਰਾ ਵਜਨ ਪਾਇਓ ਪੈਰ ਤੇ, ਠੀਕ ਹੈ? ਹਾਂਜੀ, ਦੇਖੋ ਚੱਲ ਕੇ। ਠੀਕ ਹੈ, ਕੋਈ ਦਿੱਕਤ ਨਾ? ਨਹੀਂ, ਹਾਂ ਤਾਂ ਕੋਈ ਦਿੱਕਤ ਨਹੀਂ, ਦਿੱਕਤ ਹੈਗੀ ਨਹੀਂ। ਬੈਠੋ, ਆ ਜਾਓ। ਦੂਜੇ ਪੈਰ 'ਚ ਤਾਂ ਨਹੀਂ ਹੈਗੀ? ਨਹੀਂ, ਦੂਜੇ ਦੂਜੇ ਠੀਕ ਹੈ? ਦੂਜੇ ਤਾਂ ਠੀਕ ਹੈ, ਬਸ ਇਹੀ ਦਿੱਕਤ ਸੀ। ਇੱਕ ਵਾਰੀ ਉਲਟੇ ਲੇਟੋ। ਹਾਂ ਵਾਲੀ, ਬਸ ਉਲਟੇ ਲੇਟ ਜਾਓ। ਆ ਜਾ ਵੀ ਡਾਕਟਰ, ਇੱਥੋਂ ਫੜ ਕੇ ਰੱਖੀ ਨਾ। ਸਰੀਰ ਢਿੱਲਾ ਛੱਡਿਓ। ਸਰੀਰ ਢਿੱਲਾ ਜੀ, ਬਸ ਹੁਣ ਤਾਂ ਕਾਫੀ ਗਈ ਹੱਡੀ ਅੰਦਰ, ਰੜਕਦੀ ਨਹੀਂ ਹੁਣ ਤੱਕ। ਪਹਿਲਾਂ ਕਿੰਨੀ ਖੜੀ ਸੀ ਬਾਹਰ? ਹਾਂਜੀ ਹਾਂਜੀ, ਹੁਣ ਤਾਂ ਕਾਫੀ ਫਰਕ ਪਿਆ। ਬਸ ਹੋ ਗਿਆ, ਲਓ ਜੀ। ਹਾਂ, ਬਣ ਗਈ, ਸੁਣੀ ਆਵਾਜ਼? ਹਾਂਜੀ ਆਵਾਜ਼ ਹੈਗੀ ਆਵਾਜ਼। ਇੱਕ ਮਿੰਟ ਮੈਂ ਟੇਪ ਲਾ ਦਾ, ਹੈਪੀ ਟੇਪ ਦੇ ਡੱਬਾ ਫੜਾ ਦੇ। ਆਉਣਾ ਪਏਗਾ ਹੋਰ ਜੇ ਦਰਦ ਰਹਿ ਗਿਆ? ਦਿਖਾ ਜੋ, ਨਹੀਂ ਠੀਕ ਆ।
ਤੁਹਾਨੂੰ ਜੇ ਲੱਗਿਆ ਫਿਰ ਇੱਕ ਵਾਰੀ ਦਿਖਾ ਜਾਓ, ਨਹੀਂ ਠੀਕ ਆ। ਦੂਜੀ ਸਾਈਡ ਕਰੇ, ਇੱਥੇ ਨਾ ਤੁਸੀਂ ਬਰਫ਼ ਲਾਉਣੀ ਹੈ ਜੀ ਲਿਫਾਫੇ 'ਚ ਪਾ ਕੇ, ਠੀਕ ਹੈ। ਆਹ ਪੱਟੀ ਦੇ ਉੱਪਰ ਉੱਪਰ ਕਿੰਨੇ ਟਾਈਮ? ਦੋ ਤਿੰਨ ਵਾਰੀ ਲਾ ਲਿਆ ਕਰੋ ਡੇਲੀ। ਹੁਣ ਪਹਿਲਾਂ ਨੂੰ ਕਿੰਨਾ ਦਰਦ ਤੁਹਾਡੇ? ਵੀਰੇ ਜਦੋਂ ਮੈਂ ਪਹਿਲੀ ਵਾਰੀ ਆਈ ਉਦੋਂ ਤਾਂ ਮੈਨੂੰ ਜ਼ਿਆਦਾ ਖੜੋ ਹੋਇਆ ਸੀ, ਹੈ ਨਾ। ਅੱਛਾ। ਦੂਸਰੀ ਵਾਰੀ ਆਈ ਮੈਨੂੰ ਰਿਲੈਕਸ ਫੀਲ ਹੋਇਆ, ਵਧੀਆ ਲੱਗਾ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਸ਼ਾਹਬਾਦ ਮਾਰਕੀਟ ਦੇ ਨਗਲਾ ਪਿੰਡ ਹੈ। ਅੱਛਾ ਅੱਛਾ, ਸ਼ਾਹਬਾਦ। ਇੱਕ ਇੱਥੇ ਦਰਦ ਆ ਆ ਚੀਜ਼ 'ਚ, ਸ਼ੋਲਡਰ 'ਚ? ਇੱਥੇ ਕੋ ਵੀਰੇ, ਜਾਮ ਜਿਹਾ ਹੈ ਮੋਟਾ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਆ ਚੀਜ਼ 'ਚ ਇੱਥੇ ਆ। ਹਾਂਜੀ, ਇੱਥੇ ਕਿੰਨਾ ਦਰਦ ਹੁੰਦਾ ਹੁਣ? ਇੱਥੇ ਹਾਂਜੀ ਵੀਰੇ, ਕਿੰਨਾ ਕੁ ਹੁੰਦਾ ਵੀ? ਹੈ ਆ ਥੋੜ੍ਹਾ ਹੈ। ਥੋੜ੍ਹਾ ਹੈ ਨਾ? ਹਾਂਜੀ, ਪਹਿਲਾਂ ਉੱਪਰ ਸੀ ਨਾ ਕਾਫੀ ਹੈ ਬਣ ਕੇ। ਹਾਂ, ਇੱਥੇ ਹੁੰਦਾ ਨਾ ਜ਼ਿਆਦਾ? ਹਾਂਜੀ ਹਾਂਜੀ। ਬੈਠਣ 'ਚ ਵੀ ਦਿੱਕਤ ਆਉਂਦੀ ਹੈ? ਹਾਂਜੀ ਵੀਰੇ, ਜ਼ਿਆਦਾ ਚਿਰ ਬੈਠਾ ਨਹੀਂ ਜਾਂਦਾ। ਅੱਛਾ ਅੱਛਾ, ਕਿੰਨੇ ਟਾਈਮ ਤੋਂ? ਇਹ ਵੀਰੇ ਮੈਨੂੰ 4 ਸਾਲ ਹੋ ਗਏ ਨੇ। ਅੱਛਾ। ਹਾਂਜੀ, ਬਾਕੀ ਤੁਸੀਂ ਹੱਥ ਉੱਥੇ ਲਾਇਆ ਜਿੱਥੇ ਮੈਨੂੰ ਦਰਦ ਹੈ। ਨਹੀਂ, ਡਾਕਟਰ ਨੂੰ ਪਤਾ ਨਹੀਂ ਨਾ ਲੱਗਦਾ ਸੀ ਕਿੱਥੋਂ ਦਵਾਈ ਖਾਧੀ, ਪਟਿਆਲੇ 'ਚੋਂ ਫੁੱਲ ਹੋਸਪਿਟਲ 'ਚੋਂ, ਨਹੀਂ ਫਰਕ ਪਿਆ। ਉੱਪਰੋਂ ਤਾਂ ਠੀਕ ਆ ਹੁਣ? ਉੱਪਰੋਂ ਠੀਕ ਹੈ? ਹਾਂ, ਉੱਪਰੋਂ ਤਾਂ ਠੀਕ ਹੈ ਵੀਰੇ। ਆ ਦਰਦ ਜਿੱਥੇ ਪੈਰ ਜਾਂਦਾ ਪਿਆ, ਆਓ ਆ ਵਾਲੇ ਟੇਲ ਬੋਨ 'ਚ ਪ੍ਰੋਬਲਮ ਆ ਨਾ, ਟੁੱਡਰੀ 'ਚ ਪ੍ਰੋਬਲਮ ਆਈ ਹੈ ਨਾ ਜੀ ਇਹ। ਹਾਂਜੀ, ਛੱਡ। ਹਾਂਜੀ ਆ, ਇੱਥੇ ਹੈ ਨਾ? ਹਾਂਜੀ ਵੀਰੇ, ਇਹ ਮਣਕਿਆਂ 'ਚ ਦਿੱਕਤ ਨਹੀਂ ਹੈਗਾ ਜੀ, ਇਹ ਟੁੱਡਰੀ 'ਚ ਪ੍ਰੋਬਲਮ ਆਈ ਹੋਈ ਹੈ ਤੁਹਾਡੀ। ਅਤੇ ਦਰਦ ਵੀਰੇ ਜਿਵੇਂ ਸਾਈਡ ਸਾਈਡ 'ਚ ਤੁਸੀਂ ਕੀਤੀ ਨਾ, ਤੁਹਾਨੂੰ ਤੁਸੀਂ ਐਜ ਏ ਡਾਕਟਰ ਜੇ ਜਿਨ੍ਹਾਂ ਨੇ ਮੇਰੀ ਦਰਦ ਦੇਖੀ ਹੈ ਐਵੇਂ। ਅੱਛਾ ਅੱਛਾ, ਆਹ ਦੇਖੋ ਇਹ ਨਾ ਟੁੱਡਰੀ ਆ, ਲਾਸਟ ਹੁੰਦੀ ਆ ਟੇਲ ਬੋਨ। ਹਾਂਜੀ, ਹਾਂ ਇਹ ਹੁੰਦੀ ਆ ਬਿਲਕੁਲ ਲਾਸਟ। ਹਾਂਜੀ ਵੀਰੇ, ਇੱਥੇ ਦਰਦ ਹੈ, ਇੱਥੇ ਬੈਣ ਨਾਲ ਚੁੱਭਦੀ ਵੀ ਆ ਇਹ? ਛੱਡਿਓ ਬਸ, ਦੂਜੀ ਸਾਈਡ ਘੁਮਾਇਆ ਜੀ ਗਰਦ। ਹਾਂਜੀ, ਗਰਦ ਨੂੰ ਘੁਮਾ ਦੋ ਬਸ। ਇੱਥੇ ਵੀ ਦਰਦ ਹੋਣਾ? ਹਾਂਜੀ। ਸਰੀਰ ਢਿੱਲਾ ਛੱਡਿਓ ਬਸ, ਇਹ ਨਾ ਟੇਲ ਬੋਨ ਦੀ ਆ ਨੀਚੇ ਉੱਪਰ ਨੂੰ ਮਾਲਿਸ਼ ਕਰਨੀ ਇਹਦੀ। ਹਾਂਜੀ, ਇੱਥੋਂ ਨੀਚੇ ਉੱਪਰ ਨੂੰ ਕਰਨੀ, ਠੀਕ ਆ, ਬਾਹਾਂ ਕਰੇ ਪਿੱਛੇ ਨੂੰ।
ਆ ਵੀ ਦਰਦ ਚੱਕੇ ਖਾਇਆ ਤੁਹਾਡਾ? ਅੱਛਾ, ਹੱਡੀ ਉਹ 'ਚ ਵੀ ਪ੍ਰੋਬਲਮ ਸੀ ਨਾ, ਹੱਡੀ 'ਚ? ਹਾਂਜੀ।